ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ੌਰਾ ਸਿੰਘ ਪੰਨੂ। ਖਾਲੜਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ। ਪਿਛਲੇ ਦਿਨੀ ਮੈਡੀਕਲ ਨਸ਼ਿਆਂ ਦੀ ਵੱਡੀ ਖੇਪ ਸਮੇਤ ਫੜੇ ਨੌਜਵਾਨ ਗੁਰਨਾਮ ਸਿੰਘ ਦੇ ਨਾਲੋਂ ਦੌੜਿਆ ਉਸਦਾ ਭਰਾ ਰਿਸ਼ਪਾਲ ਸਿੰਘ ਵੀ ਆਇਆ ਕਾਬੂ। ਡਰੱਗ ਇੰਸਪੈਕਟਰ ਦੀ ਹਾਜ਼ਰੀ ਵਿੱਚ ਖੋਲ੍ਹੇ ਉਸਦੇ ਮੈਡੀਕਲ ਸਟੋਰ ਵਿੱਚੋਂ 700 ਨਸ਼ੀਲੀਆਂ ਗੋਲੀਆਂ ਬਰਾਮਦ। ਦੋਹਾਂ ਮਾਮਲਿਆਂ ਵਿੱਚ ਨਾਮਜ਼ਦ ਨੂੰ ਗ੍ਰਿਫਤਾਰੀ ਉਪਰੰਤ ਅਦਾਲਤ ਵਿੱਚ ਕੀਤਾ ਗਿਆ ਪੇਸ਼। ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਵਾਂ ਤਾਰਾ ਸਿੰਘ ਨਿਵਾਸੀ ਰਿਸ਼ਪਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਨੂੰ ਖਾਲੜਾ ਪੁਲਿਸ ਵੱਲੋਂ ਨਾਰਲੀ ਚੌਂਕ ਵਿੱਚੋਂ ਕਾਬੂ ਕਰ ਲਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਖਾਲੜਾ ਤੋਂ ਨਾਰਲੀ ਨੂੰ ਡਰੇਨ ਦੇ ਨਾਲ ਜਾਂਦੇ ਰਸਤੇ ਦੇ ਪੁਲ ਕੋਲ ਆਉਂਦੀ ਕਾਰ ਨੂੰ ਰੋਕ ਕੇ ਜਦੋਂ ਤਲਾਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਵਿੱਚ ਸਵਾਰ ਦੂਜਾ ਵਿਅਕਤੀ ਦੌੜ ਗਿਆ, ਜਦਕਿ ਗੁਰਨਾਮ ਸਿੰਘ ਮੌਕੇ 'ਤੇ ਕਾਬੂ ਆ ਗਿਆ। ਜਿਸ ਪਾਸੋਂ ਤਲਾਸ਼ੀ ਦੌਰਾਨ ਗੱਡੀ ਵਿੱਚ ਰੱਖੀਆਂ ਅਤੇ ਜੇਬ ਵਿੱਚ ਰੱਖੀਆਂ 1 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸੂਲ ਆਦਿ ਸਮਾਨ ਬਰਾਮਦ ਹੋਇਆ। ਗੁਰਨਾਮ ਸਿੰਘ ਨੇ ਆਪਣੇ ਨਾਲ ਦੌੜੇ ਵਿਅਕਤੀ ਦਾ ਨਾਮ ਰਿਸ਼ਪਾਲ ਸਿੰਘ ਦੱਸਿਆ ਸੀ। ਪੁਲਿਸ ਟੀਮ ਵੱਲੋਂ ਡਰੱਗ ਇੰਸਪੈਕਟਰ ਤਰਨ ਤਾਰਨ ਨੂੰ ਨਾਲ ਲੈ ਕੇ ਜਦੋਂ ਬੁੱਟਰ ਮੈਡੀਕਲ ਸਟੋਰ ਦੀ ਤਲਾਸ਼ੀ ਕੀਤੀ ਤਾਂ 700 ਦੇ ਕਰੀਬ ਨਸ਼ੀਲੀਆਂ ਗੋਲੀਆਂ ਮਾਈਕਰੋਲਿਟ ਬਰਾਮਦ ਹੋਈਆਂ, ਜਿਸ ਸੰਬੰਧੀ NDPS ਐਕਟ ਅਧੀਨ ਮਾਮਲਾ ਦਰਜ ਰਜਿਸਟਰ ਹੋਇਆ ਸੀ। ਰਿਸ਼ਪਾਲ ਸਿੰਘ ਨੂੰ ਦੋਹਾਂ ਮਾਮਲਿਆਂ ਸੰਬੰਧੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਬੁੱਟਰ ਮੈਡੀਕਲ ਸਟੋਰ ਇਹਨਾਂ ਦਾ ਪਿੰਡ ਵਾਂ ਤਾਰਾ ਸਿੰਘ। SSP ਸਾਹਿਬ ਸਾਡੇ ਜੋ ਵੀ ਉਹਨਾਂ ਦੀਆਂ ਇੰਸਟਰਕਸ਼ਨਾਂ ਮੁਤਾਬਕ, CM ਸਾਹਿਬ ਦੀਆਂ ਇੰਸਟਰਕਸ਼ਨਾਂ ਮੁਤਾਬਕ, ਸਾਡੇ DSP ਸਰਦਾਰ ਸੁਲੱਖਣ ਸਿੰਘ ਮਾਨ ਜੋ ਵੀ ਸਾਨੂੰ ਹਦਾਇਤ ਕਰਦੇ, ਉਹਦੇ ਮੁਤਾਬਕ ਜਿਹੜੀ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਸਖ਼ਤ ਮੁਹਿੰਮ ਚੱਲ ਰਹੀ ਹੈ, ਉਹਦੇ ਵਿੱਚ ਇਹਨਾਂ ਦਾ ਮੈਡੀਕਲ ਸਟੋਰ ਵਾਂ ਤਾਰਾ ਸਿੰਘ, ਇਹਨਾਂ ਦੋ ਭਰਾਵਾਂ ਤੋਂ ਇਹ ਲੈ ਕੇ ਆ ਰਹੇ ਸੀ ਗੱਡੀ ਦੇ ਵਿੱਚ ਭਾਰੀ ਮਾਤਰਾ 'ਚ 1 ਲੱਖ ਦੇ ਕਰੀਬ ਗੋਲੀਆਂ। ਇਹਦੇ ਭਰਾ ਗੁਰਨਾਮ ਸਿੰਘ ਨੂੰ ਮੌਕੇ 'ਤੇ ਕਾਬੂ ਕਰ ਲਿਆ, ਉਦਣੇ ਮੌਕੇ 'ਚ ਭੱਜਣ 'ਚ ਕਾਮਯਾਬ ਹੋ ਗਿਆ ਹੈ। ਇਹਨੂੰ ਕੱਲ੍ਹ ਨਾਰਲੀ ਚੌਂਕ ਤੋਂ ਗ੍ਰਿਫਤਾਰ ਕਰ ਲਿਆ ਗਿਆ ਜੀ। 8 ਪਹਿਲਾਂ 1 ਲੱਖ ਦੇ ਕਰੀਬ ਗੋਲੀ ਬਰਾਮਦ ਹੋਈ ਸੀ, ਹੁਣ ਇਹਦਾ ਮੈਡੀਕਲ ਸਟੋਰ ਡਰੱਗ ਇੰਸਪੈਕਟਰ ਦੀ ਹਾਜ਼ਰੀ ਚੈੱਕ ਕੀਤਾ ਗਿਆ, 700 ਗੋਲੀ ਉੱਥੋਂ ਵੀ ਬਰਾਮਦ ਹੋਈ ਜੀ ਸਰ। ਪਰਚਾ ਵੀ ਦਰਜ ਹੋਇਆ ਜੀ ਅਤੇ ਪਹਿਲੇ ਦੇ ਵਿੱਚ ਵੀ ਗ੍ਰਿਫਤਾਰੀ ਪਊਗੀ। ਇਹ ਪਤਾ ਲਗਾਇਆ ਜਾ ਰਿਹਾ ਜੀ ਵੱਖ ਵੱਖ ਜਗ੍ਹਾ 'ਤੇ ਜਿਵੇਂ ਕੋਈ ਨਸ਼ਾ ਕਰਦਾ ਉਹਨੂੰ ਦਿੰਦੇ ਜਾਂ ਕਿਵੇਂ ਰਿਮਾਂਡ 'ਤੇ, ਸਾਡੇ ਕੋਲ ਅਸੀਂ ਕੱਲ੍ਹ ਰਿਮਾਂਡ ਹਾਸਲ ਕੀਤਾ, ਹੋਰ ਵੀ ਰਿਮਾਂਡ ਹਾਸਲ ਕਰਾਂਗੇ ਜਿਵੇਂ ਜਿਵੇਂ ਪਤਾ ਲੱਗੂਗਾ ਉਹ ਕਾਰਵਾਈ ਕੀਤੀ ਜਾਵੇਗੀ।